ਪਰਦੇਸ਼ ਦੇ ਲੋਕ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਤੇ ਬਹੁਤ ਮਾਣ ਕਰਦੇ ਨੇ ਸਾਡੇ ਸੈਨਿਕ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵਿੱਚ ਰਾਤਾਂ ਨੂੰ ਜਾਗਦੇ ਨੇ ਤਾਂ ਜੋ ਦੇਸ਼ ਦੀ ਜਨਤਾ ਚੈਨ ਦੀ ਨੀਂਦ ਸੌ ਸਕੇ ਲੋਕ ਸੇਵਾਦின் ਸੈਨਿਕਾਂ ਤੋਂ ਇਲਾਵਾ ਸੇਵਾਮੁਕਤ ਸੈਨਕਾਂ ਦਾ ਵੀ ਉਸੇ ਸ਼ਿੱਦਤ ਨਾਲ ਮਾਣ ਕਰਦੇ ਨੇ ਤੇ ਇਹ ਸਾਬਕਾ ਸੈਨਿਕ ਵੀ ਰਿਟਾਇਰ ਹੋਣ ਮਗਰੋਂ ਵੀ ਲੋੜ ਪੈਂਦੇ ਦੇਸ਼ ਦੇ ਕੰਮ ਆਉਣ ਦੀ ਗੱਲ ਕਹਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੇਵਾ ਨਿਭਾਰੇ ਸੈਨਕਾਂ ਤੇ ਸੇਵਾਮੁਕਤ ਸੈਨਕਾਂ ਦੀ ਪਲੇ ਲਈ ਕਈ ਪ੍ਰੋਗਰਾਮ ਅਤੇ ਸਕੀਮਾਂ ਲਿਆਂਦੀਆਂ ਸਰਕਾਰ ਨੇ ਇੱਕ ਰੈਂਕ ਇੱਕ ਪੈਨਸ਼ਨ ਵਰਗੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੈਂਕਾ ਦੀ ਮੰਗ ਨੂੰ ਪੂਰਾ ਕੀਤਾ ਪ੍ਰਸਾਰ پارٹی ਦੇ ਕਪੂਰਥਲਾ ਸਥਿਤ ਨੁਮਾਇंदे ਨੇ ਭਾਰਤੀ ਫੌਜ ਦੇ ਸੈਂਕਰ ਨਾਲ ਗੱਲਬਾਤ ਕੀਤੀ। ਫੌਜੀ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਨੇ ਜਿੱਦਾਂ ਮੈਡੀਕਲ ਫੈਸਿਲਿਟੀ, ਸੈਕੰਡ ਕੈਰੀਅਰ ਫੈਸਿਲਿਟੀਆਂ, ਸੈਂਟਰਲ ਗਵਰਨਮੈਂਟ ਨੇ ਕਾਫੀ ਸਕੀਮਾਂ ਨੇ ਜਿਹਦੇ ਵਿੱਚ ਸਾਬਕਾ ਫੌਜੀ ਲੈ ਜਾਂਦੇ ਨੇ। ਮੈਂ 1968 ਦੇ ਵਿੱਚ ਆਰਮੀ ਐਜ਼ ਅ ਰਿਕਰੂਟ ਕਲਰਕ ਜੁਆਇਨ ਕੀਤੀ ਸੀਗੀ ਘਰ ਦੇ ਸਰਕੰਸਟੈਂਸਸ ਕਰਕੇ ਮੈਨੂੰ 1969 ਚ 1 ਸਾਲ ਬਾਅਦ ਹੀ ਡਿਸਚਾਰਜ ਆਉਣਾ ਪਿਆ ਤੇ ਡਿਸਚਾਰਜ ਆਉਣ ਤੋਂ ਬਾਅਦ ਭਾਰਤ ਸਰਕਾਰ ਦੀਆਂ ਸਹੂਲਤਾਂ ਮੁਤਾਬਿਕ ਮੈਨੂੰ ਐਜ਼ ਅ ਐਕਸ ਸਰਵਿਸਮੈਨ ਦੇ ਬੈਨੀਫਿਟ ਚ ਟੈਲੀਫੋਨ ਮੈਗਨੇਚਰ ਟੈਲੀਫੋਨ ਇਨਸਪੈਕਟਰ ਦੀ ਨੌਕਰੀ ਮਿਲੀ ਗਵਰਨਮੈਂਟ ਇਜ਼ ਪ੍ਰੋਵਾਈਡਿੰਗ ਮੈਨੀ ਫੈਸਿਲਿਟੀਆਂ ਟੂ ਐਕਸ ਸਰਵਿਸਮੈਨ ਵਿਚ ਆਰ ਉਹ ਟੌਪ ਸਟੈਂਡਰਡ ਇਨ ਦ ਵਰਲਡ 1971 ਦੇ ਵਿੱਚ ਫੌਜ ਦੇ ਵਿੱਚ ਅਸੀਂ ਭਰਤੀ ਹੋਏ ਸਿੱਖ ਲੈਟ ਇਨਫੈਂਟਰੀ ਗਰੁੱਪ ਦੇ ਵਿੱਚ ਟ੍ਰੇਨਿੰਗ ਕਰਕੇ 71 ਦੇ ਵਿੱਚ ਲੜਾਈ ਜਿਹੜੀ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਲੜੀ ਆ ਅਸੀਂ 129 ਰੁਪਏ